27,000 ਦੀ ਜਾਲੀ ਕਰੰਸੀ ਸਮੇਤ ਇੱਕ ਗ੍ਰਿਫਤਾਰ। ਬਰਨਾਲਾ ਪੁਲਿਸ ਨੇ 27,000 ਰੁਪਏ ਦੀ ਜਾਲੀ ਕਰੰਸੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ SHO ਥਾਣਾ ਸਿਟੀ ਗੁਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਠਿੱਕਰੀਵਾਲ ਚੌਂਕ ਨੇੜੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 27,000 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ, ਜਿਸ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਨਾਲਾ ਤੋਂ ਅਜੀਤ ਵੈੱਬ TV ਲਈ ਧਰਮਪਾਲ ਸਿੰਘ ਦੀ ਰਿਪੋਰਟ। ਇਹ ਜਗਤਾਰ ਸਿੰਘ ਸਾਡਾ ਗਸ਼ਤੇ ਸੀਗਾ, ਉਹਦੇ ਕੋਲ ਇੱਕ ਮੁਖਬਰੀ ਹੋਈ ਹੈ ਕਿ ਭੋਲਾ ਰਾਮ ਸਨ ਆਫ ਮੱਖਣ ਰਾਮ ਵਾਸੀ ਛਤਰਾਣਾ ਜ਼ਿਲ੍ਹਾ ਪਟਿਆਲਾ, ਇਹ ਮਤਲਬ ਕਿ ਜਾਲੀ ਕਰੰਸੀ ਅਸਲ ਦੱਸ ਕੇ ਕਦੇ ਪੈਟਰੋਲ ਪੰਪ 'ਤੇ ਚਲਾਉਣ ਦੀ ਕੋਸ਼ਿਸ਼ ਕਰਦਾ, ਕਦੇ ਹੋਰ, ਅਤੇ ਇਹ ਇਸੇ ਜਗਤਾਰ ਸਿੰਘ ਨੇ ਇਹਨੂੰ ਕਾਬੂ ਕੀਤਾ। ਇਹਦੇ ਕੋਲੋਂ 27,000 ਰੁਪਏ ਦੀ ਜਾਲੀ ਕਰੰਸੀ ਮਿਲੀ ਹੈ, ਜਿਹਦੇ ਵਿੱਚੋਂ 11 ਨੋਟ ਤਾਂ 2,000 ਦੇ ਆ ਅਤੇ 10 ਨੋਟ ਜਿਹੜੇ 500 ਦੇ ਆ, ਕੁੱਲ 27,000 ਹੈ। ਇਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਅੱਜ ਇਹਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਲੈ ਕੇ ਜੋ ਵੀ ਅੱਗੇ ਨੇ ਜਿੱਥੇ ਜਿੱਥੇ ਚਲਾਏ ਆ ਜਾਂ ਜਿੱਥੇ ਇਹ ਬਣਾਉਂਦੇ ਆ ਉਹਦੇ ਬਾਰੇ ਜਿਹੜੀ ਜੀ ਜਾਣਕਾਰੀ ਹੋਊਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊਗੀ। ਇਹ 499B ਅਤੇ 499C ਲੱਗੀ ਆ।